ਮਾਨਯੋਗ ਡੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ ਹੇਠ ਪਟਿਆਲਾ ਪੁਲਿਸ ਗੈਂਗਸਟਰਾਂ ਦੇ ਅਤੇ ਨਸ਼ਾ ਤਸਕਰਾਂ ਦੇ ਖਿਲਾਫ ਬੜੀ ਸਰਗਰਮੀ ਨਾਲ ਪਿਛਲੇ ਸਾਲ ਵੀ ਅਸੀਂ ਮੁਹਿੰਮ ਚਲਾਈ ਸੀ ਐਂਡ ਉਸੇ ਮੁਹਿੰਮ ਨੂੰ ਨਵੇਂ ਸਾਲ 'ਚ ਕੈਰੀ ਫੋਰਵਰਡ ਕਰਦੇ ਹੋਏ ਪਟਿਆਲਾ ਪੁਲਿਸ ਨੇ ਗੈਂਗਸਟਰ ਨੈਟਵਰਕ ਨੂੰ ਝਟਕਾ ਦਿੰਦੇ ਹੋਏ ਅਸੀਂ 2 ਗੈਂਗਸਟਰ ਅਰੈਸਟ ਕੀਤੇ। ਦੋਨਾਂ ਗੈਂਗਸਟਰਾਂ ਤੋਂ 2 ਪਿਸਟਲ ਅਤੇ 1 ਦੇਸੀ ਕੱਟਾ, ਬੜੇ ਵਧੀਆ ਕੁਆਲਿਟੀ ਦੇ ਪਿਸਟਲ ਨੇ, 3 ਵੈਪਨਸ ਜਿਹੜੇ ਆ ਬਰਾਮਦ ਹੋਏ ਆ। ਦੋਨੇ ਗੈਂਗਸਟਰਾਂ ਦੀ ਅਰੈਸਟ ਬਾਬਤ ਮੁਕੱਦਮਾ ਨੰਬਰ 217 ਸਿਵਲ ਲਾਈਨ ਥਾਣੇ 'ਚ ਦਰਜ ਹੋਇਆ। SP ਸਿਟੀ ਸਰਫਰਾਜ਼ ਆਲਮ, SP ਡੀ ਹਰਬੀਰ ਅਟਵਾਲ, ਇੰਚਾਰਜ CIA ਪਟਿਆਲਾ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ SHO ਸਿਵਲ ਲਾਈਨ ਇੰਸਪੈਕਟਰ ਹਰਜਿੰਦਰ ਸਿੰਘ ਦੀ ਟੀਮਾਂ ਨੇ ਬੜੀ ਡੂੰਘਾਈ ਨਾਲ ਪੁੱਛਗਿੱਛ ਕਰਦੇ ਹੋਏ ਅਤੇ ਇਸ ਓਪਰੇਸ਼ਨ ਨੂੰ ਅੰਜਾਮ ਦਿੱਤਾ। ਇਹ ਦੋਨੇ ਗੈਂਗਸਟਰ ਜੱਗਾ ਧੂਰਕੋਟ, ਜਿਹੜਾ ਕਿ ਕੈਟੇਗਰੀ A ਗੈਂਗਸਟਰ ਹੈਗਾ ਆ, ਜੱਗਾ ਜਗਦੀਪ ਸਿੰਘ ਧੂਰਕੋਟ, ਜਿਹੜਾ ਕਿ ਲੋਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਇੱਕ ਕੁਖਿਆਤ ਗੈਂਗਸਟਰ ਆ। ਇਹਦੇ 'ਤੇ ਕਤਲ ਦੇ, ਇਰਾਦਾ ਕਤਲ ਦੇ 10 ਤੋਂ ਜ਼ਿਆਦਾ ਮੁਕੱਦਮੇ ਦਰਜ ਨੇ ਐਂਡ ਇਹ ਪ੍ਰਾਇਮਰੀ ਇਨਫੋਰਮੇਸ਼ਨ ਮੁਤਾਬਿਕ ਆਊਟ ਆਫ ਕੰਟਰੀ ਹੈਗਾ ਆ ਜੱਗਾ ਧੂਰਕੋਟ। ਇਸ ਕੈਟੇਗਰੀ A ਗੈਂਗਸਟਰ ਜੱਗਾ ਧੂਰਕੋਟ, ਜਿਹੜਾ ਲੋਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਆ, ਉਹਦੇ ਕਹੇ 'ਤੇ ਇਹ ਦੋਨੇ ਗੈਂਗਸਟਰਾਂ ਨੇ 23 ਅਕਤੂਬਰ 2023 ਨੂੰ ਮੋਗੇ 'ਚ ਇੱਕ ਬੜੀ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਨਿਹਾਲ ਸਿੰਘ ਵਾਲਾ ਏਰੀਏ 'ਚ ਇੱਕ ਕਬੱਡੀ ਪਲੇਅਰ, ਕਾਫੀ ਨੈਸ਼ਨਲ ਲੈਵਲ ਦਾ ਕਬੱਡੀ ਪਲੇਅਰ ਹਰਵਿੰਦਰ ਸਿੰਘ ਬਿੰਦਰੂ, ਉਹਦੇ ਘਰ ਇਹਨਾਂ ਨੇ ਜਾ ਕੇ ਫਾਇਰਿੰਗ ਕੀਤੀ ਸੀ ਅਤੇ ਉਹਦੇ 'ਤੇ ਗੋਲੀਆਂ ਚਲਾਈਆਂ ਸੀ ਮਾਰ ਦੇਣ ਦੀ ਨੀਅਤ ਨਾਲ। ਉਹਦੇ 'ਚੋਂ ਗੋਲੀਆਂ ਉਹਨੂੰ ਲੱਤਾਂ 'ਚ ਵੱਜੀਆਂ ਵੀ ਸੀਗੀਆਂ। ਇਹ ਆਪਾਂ ਦੇਖ ਸਕਦੇ ਹਾਂ ਕਾਫੀ ਸਨਸਨੀਖੇਜ਼ ਵਾਰਦਾਤ ਸੀ ਜਿਹਨੂੰ ਮੀਡੀਆ ਨੇ ਕਵਰ ਕੀਤਾ ਸੀ। ਅਤੇ ਇਹਦੇ 'ਚ ਆ ਜਿਹੜੇ 2 ਗੈਂਗਸਟਰ ਅਸੀਂ ਅਰੈਸਟ ਕੀਤੇ, ਇਹ ਦੋਨੇ ਉਹਦੇ 'ਚ ਲੁਡੀਦੇ ਸੀਗੇ। ਇਹਨਾਂ 'ਚੋਂ ਇੱਕ ਗੈਂਗਸਟਰ ਜਿਹੜਾ ਸਿੱਪਾ ਸੰਦੀਪ ਸਿੰਘ ਹੈਗਾ, ਉਹ ਪਟਿਆਲੇ ਏਰੀਏ ਦਾ ਰਹਿਣ ਵਾਲਾ, ਦੂਜਾ ਨੂਰੀ ਨਾਮ ਦਾ ਗੈਂਗਸਟਰ ਜਿਹੜਾ ਉਹ ਮੋਗੇ ਏਰੀਏ ਦਾ ਰਹਿਣ ਵਾਲਾ, ਅਤੇ ਜੱਗਾ ਧੂਰਕੋਟ ਦੇ ਇਸ਼ਾਰਿਆਂ 'ਤੇ ਇਹਨਾਂ ਨੇ, ਉਹਦੀ ਨਿੱਜੀ ਰੰਜਿਸ਼ ਸੀਗੀ ਉਹਦੇ ਨਾਲ ਕਬੱਡੀ ਖਿਡਾਰੀ ਨਾਲ, ਅਤੇ ਉਹਦੇ ਘਰ ਵੜ ਕੇ ਗੋਲੀਆਂ ਬਰਸਾ ਕੇ ਇੱਕ ਬੜੀ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪਟਿਆਲਾ ਪੁਲਿਸ ਮਾਨਯੋਗ DGP ਪੰਜਾਬ ਦੇ ਗੈਂਗਸਟਰ ਮੁਕਤ ਪੰਜਾਬ ਦਾ ਜਿਹੜਾ ਟੀਚਾ ਆ, ਉਹਦੇ ਬਾਬਤ ਬੜੀ ਸਰਗਰਮੀ ਨਾਲ ਗੈਂਗਸਟਰਾਂ ਦੇ ਵਿਰੁੱਧ ਮੁਹਿੰਮ ਚਲਾ ਰਹੀ ਆ ਅਤੇ ਅੱਗੇ ਵੀ ਅਸੀਂ ਬੜੀ ਡੂੰਘਾਈ ਨਾਲ ਪੁੱਛਗਿੱਛ ਕਰਕੇ ਇਹਨਾਂ ਦਾ ਰਿਮਾਂਡ ਹਾਸਿਲ ਕਰਕੇ ਇਸ ਪੂਰੇ ਨੈਟਵਰਕ ਨੂੰ ਡਿਟੈਕਟ ਕਰਾਂਗੇ ਅਤੇ ਇਸ ਪੂਰੀ ਮਤਲਬ ਜਿਹੜਾ ਮਡਿਊਲ ਆ ਇਹਨੂੰ ਤਹਿ ਤੱਕ ਲੈ ਕੇ ਜਾਵਾਂਗੇ। ਪਟਿਆਲੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਆਏ ਸੀ, ਕਿਵੇਂ ਪੁਲਿਸ ਨੇ? ਦੇਖੋ, ਇਹ ਬੜੇ ਟ੍ਰਿਗਰ ਹੈਪੀ ਗੈਂਗਸਟਰ ਜਿਹੜੇ ਆਪਾਂ ਕਹਿ ਸਕਦੇ ਹਾਂ, ਆਪਾਂ ਵੈਪਨਸ ਵੀ ਵੇਖੀਏ ਇੰਨੀ ਵਧੀਆ ਕੁਆਲਿਟੀ ਦੇ ਇਹਨਾਂ ਤੋਂ ਵੈਪਨ ਬਰਾਮਦ ਹੋਏ। ਇਹਨਾਂ ਨੇ ਜ਼ਰੂਰ ਪਟਿਆਲੇ ਕਿਸੇ ਨਾ ਕਿਸੇ ਵੱਡੀ ਮਰਡਰ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਅਤੇ ਇਹਨਾਂ ਦੀ ਅਰੈਸਟ ਦੇ ਨਾਲ
ਹਮੇਸ਼ਾ ਦੀ ਤਰ੍ਹਾਂ ਪ੍ਰੋਐਕਟਿਵ ਪੁਲਿਸਿੰਗ ਕਰਦੇ ਹੋਏ ਪਟਿਆਲਾ ਪੁਲਿਸ ਨੇ ਉਸ ਵਾਰਦਾਤ ਨੂੰ ਵੀ ਅੰਜਾਮ ਦੇਣ ਤੋਂ ਟਾਲਿਆ। ਵੈਪਨ ਦੇਖੋ ਜੀ, ਜਿਹੜਾ ਜੱਗਾ ਧੂਰਕੋਟ, ਜਿਹੜਾ ਮੈਂ ਪਹਿਲਾਂ ਵੀ ਦੱਸਿਆ ਕੈਟੇਗਰੀ ਏ ਗੈਂਗਸਟਰ ਆ, ਇਹ ਵੈਪਨ ਉਹਨੇ ਹੀ ਇਹਨਾਂ ਨੂੰ ਪ੍ਰੋਵਾਈਡ ਕਰਾਈ ਸੀ। ਅਤੇ ਜੇ ਇਹਨਾਂ ਨੂੰ ਸਮੇਂ ਸਿਰ ਸਾਡੀ ਟੀਮਾਂ ਨਾ ਰਾਊਂਡਅਪ ਕਰਦੀਆਂ ਆਪਣੀ ਇੰਟੈਲੀਜੈਂਸ ਨੂੰ ਡਿਵੈਲਪ ਕਰਕੇ, ਤਾਂ ਜ਼ਰੂਰ ਪਟਿਆਲੇ 'ਚ ਇਹਨਾਂ ਨੇ ਕਿਸੇ ਨਾ ਕਿਸੇ ਸਨਸਨੀ ਖੇਜ਼ ਵਾਰਦਾਤ ਨੂੰ ਅੰਜਾਮ ਦੇ ਦੇਣਾ ਸੀ। ਉਹ ਅਸੀਂ ਸਾਰਾ ਇਨਵੈਸਟੀਗੇਟ ਕਰ ਰਹੇ ਹਾਂ ਜੀ, ਉਹ ਇਨਵੈਸਟੀਗੇਸ਼ਨ ਦਾ ਵਿਸ਼ਾ ਉਹਦੇ ਬਾਰੇ ਬਾਅਦ 'ਚ ਦੱਸਾਂ। ਆਹ ਜਿਹੜਾ ਮੈਂ ਪਹਿਲਾਂ ਵੀ ਦੱਸਿਆ, ਜਿਹੜਾ ਲੋਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਜਿਹਦੇ ਇਸ਼ਾਰਿਆਂ 'ਤੇ ਮੋਗੇ 'ਚ ਉਹ ਕੰਮ ਹੋਇਆ, ਆਹ ਜਿਹੜੀ ਉਸ ਵਾਰਦਾਤ ਦੀ CCTV ਫੁਟੇਜ ਬੜੀ ਮੀਡੀਆ 'ਤੇ ਵਾਇਰਲ ਹੋਈ ਸੀ, ਅਤੇ ਇਹਨਾਂ ਦੀ ਅਰੈਸਟ ਦੇ ਨਾਲ ਉਹ ਵਾਰਦਾਤ ਵੀ ਅਸੀਂ ਡਿਟੈਕਟ ਕੀਤੀ। ਠੀਕ ਆ ਜੀ।